ਸਤਿ ਸ਼੍ਰੀ ਅਕਾਲ ਜੀ, ਕਿਸੇ ਨੇ ਆਪ ਸਭ ਅੱਜ ਹਮ ਆਏ ਹੈ ਮੇਰੇ ਫ੍ਰੀ ਹਾਊਸ ਕੈਫੇ। ਸੋ ਜਸਟ ਵਾਂਟਡ ਟੂ ਨੋ ਕਿ ਆਪਨੇ ਕਿਆ ਸੋਚ ਕੇ ਇਹ ਕੈਫੇ ਸਟਾਰਟ ਕੀਆ? ਇਹ ਹਮਾਰਾ ਕੈਫੇ ਟ੍ਰੀ ਹਾਊਸ ਜਿਹੜੀ ਟ੍ਰੀ ਹਾਊਸ ਕੈਫੇ ਹੈ ਜੋ ਸਦਰ ਵੈਸਟਰਨ ਰੋਡ ਪਰ ਨੀਅਰ ਐਸ ਟੀ ਇੰਟਰ ਬੋਇਸ ਕਾਲਜ ਕੇ ਹੈ ਨਜ਼ਦੀਕ ਨੇ, ਔਰ ਇਹ ਮੇਰੇ ਹਸਬੈਂਡ ਨੇ ਮੇਰੇ ਬਿਜ਼ਨਸ ਕਰਕੇ ਦਿਆ ਹੈ ਕਿਉਂਕਿ ਮੈਂ ਇੱਛੁਕ ਹੋਈ ਥੀ ਜੋਬ ਜਾਂ ਉਹ ਕਰਨੇ ਕੇ ਲੀਏ ਬਿਜ਼ਨਸ, ਤੋ ਉਹਨੇ ਜੋਬ ਕੇ ਲੀਏ ਤੋ ਉਹਦੇ ਬਾਰੇ ਟੈਕ ਕੈਪਿਸਟਰੀ ਵਾਸਤੇ ਵੀ ਜੋਬ ਨਹੀਂ ਕਰ ਲਈ, ਤੋ ਉਹਨਾਂ ਨੇ ਮੇਰੇ ਇਹ ਬਿਜ਼ਨਸ ਪਰ ਪੋਰ ਕਰਕੇ ਵੀ ਹੈ। ਬਟ ਅਭੀ ਮੈਨੇ ਇਹ ਦੀਵਾਨੀ ਪੜ੍ਹੀ ਉਹ ਫਿਲਮ ਕੀ ਹੈ ਵੀ ਬੜੀ ਪੜ੍ਹਨ ਹਰ ਕੀ ਸ਼ੁਰੂ ਹੋਇਆ। ਆਪਾਂ ਕੁਕਿੰਗ ਮੈਂ ਇੰਟਰਸਟ ਹੈ? ਯੈਸ ਮੈਮ, ਕੁਕਿੰਗ ਮੇਰਾ ਬਹੁਤ ਇੰਟਰਸਟ ਹੈ। ਅੱਛਾ, ਆਪਕੀ ਫੇਵਰੇਟ ਡਿਸ਼ ਫੇਵਰੇਟ ਰੈਸਿਪੀ ਕਿਆ ਹੈ? ਫੇਵਰੇਟ ਮੇਰਾ ਸਾਊਥ ਇੰਡੀਅਨ, ਜ਼ਿਆਦਾ ਸਾਊਥ ਇੰਡੀਅਨ ਹੀ, ਔਰ ਹਮਾਰੇ ਯਹਾਂ ਪਰ ਡੋਸਾ ਵੀ ਫੇਮਸ, ਡੋਸਾ ਵੀ ਫੇਮਸ ਹੈ, ਤੋ ਅੱਜ ਹਮ ਡੋਸਾ ਹੀ ਆਰਡਰ ਕਰੇਂਗੇ। ਯੈਸ ਯੈਸ ਮੈਮ, ਔਰ ਸੈਂਡਵਿਚ ਪਨੀਰ ਮੀਨ ਸੈਂਡਵਿਚ ਔਰ ਵੀ ਖਾਣਾ ਲੈਤਾ। ਅੱਛਾ, ਆਪ ਜ਼ੋਮੈਟੋ ਔਰ ਸਵਿਗੀ ਪੇ ਵੀ ਅਵੇਲੇਬਲ ਹੈ? ਨੋ ਮੈਮ, ਆਪਣੀ ਵੋ ਮੈਮ, ਕਿਉਂਕਿ ਹਮਾਰੇ ਪਪੀ ਹਮਾਰਾ ਰਸ਼ ਜ਼ਿਆਦਾ ਹੋ ਜਾਤਾ ਹੈ ਸਕੂਲ ਟਾਈਮ ਪਰ, ਥੋੜ੍ਹਾ ਹੀ ਹਮ ਹਮਨੇ ਅਭੀ ਉਸਸੇ ਰਜਿਸਟ੍ਰੇਸ਼ਨ ਕੀਆ ਹੈ, ਲੇਕਿਨ ਅਭੀ ਹੱਥ ਨਾਲ ਨਹੀਂ ਹਮ ਜੁੜਨੇ ਵਾਲੇ। ਆਪਕੀ ਪੀਸ ਕਾਫੀ ਹੈਪਨਿੰਗ ਹੈ? ਯੈਸ ਹੈ, ਬੇਸਿਕਲੀ ਸਟੂਡੈਂਟਸ ਕੇ ਪਰਪਸ ਸੇ ਜ਼ਿਆਦਾ ਬਣਾਏ ਕਿਉਂਕਿ ਆਸ ਪਾਸ ਸਕੂਲ ਜ਼ਿਆਦਾ ਨਹੀਂ, ਇਸ ਵਜ੍ਹਾ ਸੇ ਆਈ। ਯੈਸ ਹੈ, ਸਕੂਲ ਮੈਮ ਇਟਸ ਵੈਰੀ ਨਾਈਸ, ਆਈ ਐਕਚੁਅਲੀ ਫੀਲ ਦ ਵਾਈਬ ਫਰੋਮ ਆਊਟਸਾਈਡ ਇਟਸੈਲਫ, ਮੁਝੇ ਬਾਹਰ ਸੀ ਕਾਫੀ ਅੱਛੀ ਵਾਈਬਸ ਆ ਰਹੀ ਥੀ ਅੰਦਰ ਆਨੇ ਕੇ ਲੀਏ, ਐਂਡ ਆਈ ਵਾਸ ਪਲਾਨਿੰਗ ਟੂ ਕਮ ਹੇਅਰ ਫਰੋਮ ਲਾਸਟ 2-3 ਡੇਸ, ਸੋ ਇਟਸ ਵੈਰੀ ਨਾਈਸ। ਫੀਮੇਲਸ ਕੇ ਹੀ ਨਹੀਂ, ਮੈਂ ਇਸ ਫਰੀ ਕਾਲਜ ਕੇ ਬੱਚੋਂ ਕੋ ਇਹ ਵੀ ਦੇਣਾ ਚਾਹੂੰਗੀ ਜੀ, ਕਈ ਪਾ ਲਾਇਆ ਉਹਨਾਂ ਨੇ ਯਹਾਂ ਪਰ ਤਰ੍ਹਾਂ ਤਰ੍ਹਾਂ ਕੀ ਹਮ ਆਫਰਸ ਨਿਕਾਲਦੇ ਹੈਂ ਕਾਸ਼ ਜੀ। ਜੈਸੇ ਅਭੀ ਮੈਨੇ ਹਾਲ ਫਿਲਹਾਲ ਮੈਂ ਨਿਊ ਈਅਰ ਬੇਬੀ ਨਿਕਾਲਾ ਥਾ ਡਿਸਕਾਊਂਟ ਕਾਸ਼ ਮੈਂ, ਔਰ ਅਭੀ ਵੈਲੈਂਟਾਈਨ ਡੇਸ ਪਰ ਵੀ ਹਮ ਵੈਲੈਂਟਾਈਨ ਡੇ ਜੈਸੇ ਆ ਰਹਾ ਹੈ ਮਾਰਟਿਨ ਫੇਪ ਕੋਟ, ਤੋ ਉਸ ਕੇ ਲੀਏ ਵੀ ਹਮ ਆਫਰਸ ਨਿਕਾਲ ਰਹੇ ਹਾਂ। ਕਿਆ ਆਫਰ ਹੋਣਗੇ ਬੰਦਨ ਬੀਸ ਕਾਫੀ ਕਪਲਸ ਕੇ ਲਈ ਆਪ ਕੁਛ ਡਿਸਕਾਊਂਟ ਵੀ ਨਿਕਾਲੇਂਗੇ? ਹਾਂਜੀ, ਫੀਮੇਲਸ ਕੋ ਕਿਆ ਕਹਿਣਾ ਚਾਹੇਂਗੇ ਇਸ ਬੋਲਰ ਅਗਲੀ ਬਿਜ਼ਨਸ ਸਟਾਰਟ ਕਰਨਾ ਹੋ ਤੋ ਉਸਕੇ ਲਈ ਕਿਆ ਹਰਡਲਸ ਆਤੇ ਨੇ, ਕਿਆ ਚੈਲੇਂਜਸ ਆਤੇ ਨੇ? ਫੀਮੇਲਸ ਕੇ ਤੋ ਬਹੁਤ ਹੀ ਚੈਲੇਂਜਸ ਆਤੇ ਹੈਂ, ਆਪ ਤੋ ਬਤਾਉਂਗੀ, ਕਿਉਂਕਿ ਘਰ ਮੈਂ ਬੱਚੋਂ ਕਾ ਵੀ ਦੇਖਣਾ ਔਰ ਵੀ ਫੈਮਲੀਜ਼ ਕੇ ਔਰ ਵੀ ਦੇਖਣੇ ਹੋਤੀ ਹੈ ਪ੍ਰੋਬਲਮਸ ਜੋ ਵੀ ਹੋਤੀ ਹੈ, ਔਰ ਘਰ ਕੋ ਸੰਭਾਲਣਾ, ਬੱਚੋਂ ਕੋ ਸੰਭਾਲਣਾ, ਸਾਥ ਮੇਂ ਬਿਜ਼ਨਸ ਸੰਭਾਲਣਾ ਬਹੁਤ ਜ਼ਿਆਦਾ ਹੋ ਜਾਤਾ ਹੈ ਮੇਰੀ ਹਾਰਟ, ਲੇਕਿਨ ਮੈਂ ਇਹ ਕਹਿਣਾ ਚਾਹੂੰਗੀ ਕਿ ਕਰਕੇ ਦੇਖੇ ਮਜ਼ਾ ਫੋਤਾ ਤਾ ਇੰਜੋਏ। ਹਾਂ, ਪਹਿਲਾਂ ਚੀਜ਼ਾਂ ਕੈਸੇ ਮੈਨੇਜ ਕਰਦੀ ਹੈ? ਆਪਣਾ ਡੇਲੀ ਰੂਟੀਨ ਵੀ ਮੈਨੇਜ ਕਰਨਾ, ਆਪਣੇ ਬੱਚੇ ਵੀ ਮੈਨੇਜ ਕਰਨਾ, ਆਪਣੀ ਫੈਮਲੀ ਲਾਈਫ ਵੀ ਮੈਨੇਜ ਕਰਨਾ, ਉਸਕੇ ਬਾਅਦ ਮੈਂ ਯਹਾਂ ਆ ਕੇ ਵੀ ਪੂਰਾ ਕੰਟਰੋਲ ਦੇਣਾ, ਸੋ ਆਮ ਸ਼ੋਰ ਉਸੇ ਹੀ ਮੇਰੀ ਇੱਛਾ ਥੀ ਐਂਡ ਬਿਜ਼ਨਸ ਕਰਨੇ ਕੀ, ਤੋ ਮੈਂ ਆਪਕੋ ਬਤਾਊਂ। ਔਰ ਬੱਚੋਂ ਕੋ ਸੰਭਾਲਣਾ, ਸੁਬਹ ਮੈਂ ਜਲਦੀ ਆਉਣੀ ਮੋਰਨਿੰਗ ਹੋਤੀ ਔਰ ਬੱਚੋਂ ਪਸੰਦ ਨਹੀਂ ਹੋਤੇ ਵੀ ਸਕੂਲ ਬੀਚ ਮੈਂ, ਫਿਰ ਮੈਂ ਯਹਾਂ ਪਰ ਆ ਜਾਤੀ ਪੂਰਾ ਦਿਨ ਮੇਰਾ ਨਹੀਂ ਪਰ ਹੋਤਾ ਹੈ ਬੱਚੋਂ ਕੇ ਸਾਥ, ਬੱਚੋਂ ਕੋ ਮੈਂ ਯਹੀਂ ਪਰ ਰੱਖਤੀ ਹੂੰ ਆਪਣੇ ਸਾਥ। ਅੱਛਾ ਜੀ, ਮੈਂ ਇਸ ਤਰ੍ਹਾਂ ਸੇ ਬੱਚੇ ਬਚਪਨ ਸੇ ਹੀ ਟ੍ਰੇਨਿੰਗ ਲੇ ਰਹੇ ਹੈ ਰੋਸ਼ਨ ਜੀ, ਬਿਲਕੁਲ ਨਹੀਂ ਪਸੰਦ ਮੇ ਬੈਟਸ ਐਕਚੁਅਲੀ ਵੈਰੀ ਨਾਈਸ ਐਂਡ ਦ ਵਾਈਬ ਇਜ਼ ਵੈਰੀ ਗੁੱਡ, ਆਈ ਵੁੱਡ ਲਾਈਕ ਟੂ ਕਵਰ ਦ ਇੰਟਾਇਰ ਕੈਫੇ। प्रेजेंटेशन वाइज तो पाव भाजी ठीक है, बट इन्होंने चिली सॉस के साथ सर्व करी है विच इज़ क्वाइट नॉट नॉर्मल। वी जनरली प्रेफर कि इसमें प्याज और हरी वाली चटनी मिले, पुदीने की बनी हुई या धनिया वाली। तो जब मैंने इसे टेस्ट किया तो पाव भाजी बेसिकली की जो सब्जी है उसमें थोड़ा वेजिटेबल कंटेंट कम है और मीठी बहुत ज़्यादा है। तो यू नो वी एक्सपेक्ट कि जब हम पाव भाजी खा रहे हों तो थोड़ा तीखापन आए और बंस के साथ उसे खाने में काफ़ी टेस्टी लगता है। तो ये थोड़ा सा मतलब ऑल दो ओवरऑल इट इज़ गुड, बट इफ़ आई विल से कि सब्जी थोड़ी सी ओके ओके थी। एंड डोसे की बात करूँ तो डोसा जो है वो प्रेजेंटेशन वाइज कुछ ज़्यादा मतलब ओके ही है, बिकॉज आप देख सकते हो कि थोड़ा एक कॉर्नर से जल गया है ये, बट जब मैंने इसे खाया तो इसका सांबर मीठा है। जो सांबर अगर मीठा होता है तो ये मुझे गुजरात की याद दिलाता है, बेसिकली गुजरात में ही मीठा सांबर मिलता है, बट व्हेन वी गो इनटू नॉर्थ इंडिया या हम साउथ में भी अगर जाके खाएं तो कहीं पे भी मीठा सांबर नहीं मिलता है। एंड मोस्टली कंटेंट इफ़ आई से इसमें वेजिटेबल का तो थोड़ा कम ही था, बट ओवरऑल डोसा का जो बना हुआ क्रिस्पीनेस और स्टफ़ और बाकी जो चटनी इन्होंने नारियल वाली दी वो सब ठीक काफ़ी अच्छा था, एंड ओवरऑल इट्स ओके।